ਜਿਹੜੀ ਫੀਸ ਦੇ ਪੈਸੇ ਮੈਨੂੰ ਦਿੱਤੇ ਸੀ, ਇੱਕ ਮਹੀਨਾ ਪਹਿਲਾਂ ਰੋਕ ਲਏ, ਇੱਕ ਮਹੀਨਾ ਹੋਰ ਹੋ ਗਏ, ਦੋ ਮਹੀਨੇ ਦੀ ਫੀਸ ਇਕੱਠੀ ਹੋ ਗਈ। ਕੁਛ ਪੈਸੇ ਮੇਰੇ ਕੋਲ ਹੈਗੇ ਸੀਗੇ ਅਤੇ ਉਹਦੇ ਕੋਲ ਸੀ, ਦੋਨੇ ਜਣਾ ਤੁਰ ਪਏ ਬੰਬੇ ਤੋਂ। ਉਹ ਬਹੁਤ ਭੜੇ ਹਾਲਾਤ ਉੱਥੋਂ, ਮੈਂ ਫਿਰ ਇੱਕ ਥਾਂ 'ਤੇ ਜਾ ਕੇ ਪੈਣ ਲਿਆ, ਮਤਲਬ ਮੰਨ ਗਿਆ ਮੈਂ ਆਪਦਾ, ਦਿਲ ਨੇ ਕਹਿਤਾ ਵੀ ਗਲਤੀ ਕਰ ਗਈ। ਹੁਣ ਚਿੱਠੀ ਲਿਖੀ ਮੈਂ ਪਾਪਾ ਨੂੰ, ਰੋਣ ਵਾਲੀ ਭਿੱਜ ਗਈ ਹੋਣੀ ਚਿੱਠੀ ਤਾਂ, ਮੈਂ ਲਿਖੀ ਪਾਪਾ ਪਹੁੰਚ ਗਈ ਉੱਥੋਂ, ਮੈਨੂੰ ਲੈ ਆਏ। ਮੇਰੀ ਮਾਂ ਨੇ ਮੁੱਕੀਆਂ ਮਾਰ ਮਾਰ ਛਾਤੀ ਕੁੱਟ ਕੁੱਟ ਆਪਦੀ, ਮਤਲਬ ਖਰਾਬ ਹੋ ਗਿਆ ਕੰਮਾਂ ਦਾ। ਹਾਂ ਵੀ ਮੇਰਾ ਪੁੱਤ ਤਾਂ ਮਰ ਗਿਆ। ਦੇਖੋ ਬੁੱਲ ਤਾਂ ਮੈਨੂੰ ਉਦੋਂ ਹੀ ਮਿਲ ਗਿਆ ਜਦੋਂ ਲੌਂਗ ਦਾ ਲਿਸ਼ਕਾਰ ਲੱਗੀ ਨਾ, ਪ੍ਰੀਤ ਪੈਲੇਸ ਲੁਧਿਆਣੇ ਜੀ, ਉੱਥੇ ਮੇਰੇ ਪਾਪਾ ਅਤੇ ਉਹੀ ਦਲੀਪ ਸਿੰਘ ਮਸਤ ਕਾਮਰੇਡ। ਉਹ ਫਿਲਮ ਦੇਖ ਕੇ ਪਾਪਾ ਰੋਂਦੇ ਰੋਂਦੇ ਮੈਨੂੰ ਜੱਫੀ ਪਾਈ ਉੱਠ ਬਾਹਰ ਆ ਕੇ, ਕਹਿੰਦੇ ਅੱਜ ਤੇਰੀ ਬੀਬੀ ਤੇ ਆਉਂਦੀ ਹੁੰਦੀ ਹੈ ਨਾ। ਬੀਬੀਸੀ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਜ਼ਿੰਦਗੀ ਨਾਮਾ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਉਸ ਕਲਾਕਾਰ ਦੇ ਨਾਲ, ਉਸ ਅਦਾਕਾਰ ਦੇ ਨਾਲ ਜਿਨ੍ਹਾਂ ਦਾ ਸਿਨੇਮਾ ਦੇ ਵਿੱਚ ਤਕਰੀਬਨ 40 ਸਾਲ ਦਾ ਤਜਰਬਾ ਹੋ ਗਿਆ, ਉਸ ਤੋਂ ਪਹਿਲਾਂ 12 ਸਾਲ ਉਹ ਥੀਏਟਰ ਵੀ ਕਰ ਚੁੱਕੇ ਨੇ। ਸਰਦਾਰ ਸੋਹੀ ਜੀ ਸਾਡੇ ਨਾਲ ਨੇ। ਸੋਹੀ ਜੀ ਸਵਾਗਤ ਹੈ ਬੀਬੀਸੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਇਹ ਦੱਸੋ ਥੋੜ੍ਹਾ ਵੀ ਬਚਪਨ ਦੇ ਵਿੱਚ ਕਿਸ ਤਰ੍ਹਾਂ ਘਰ ਦਾ ਮਾਹੌਲ ਰਿਹਾ, ਪਰਿਵਾਰ ਦਾ ਸਮਾਜਿਕ ਅਤੇ ਆਰਥਿਕ ਪਿਛੋਕੜ ਕਿਸ ਤਰ੍ਹਾਂ ਦਾ? ਮੇਰੇ ਚਾਚਾ ਜੀ ਬਹੁਤ ਸੋਹਣਾ ਗਾਉਂਦੇ ਸੀ, ਉਹ ਹੀਰ ਗਾਉਂਦੇ ਸੀ, ਕਮਾਲ ਕਰ ਦਿੰਦੇ ਸੀ। ਅੱਛਾ। ਪਰ ਉਹਨਾਂ ਦਾ ਸਾਥ ਘੱਟ ਰਿਹਾ, ਉਹ ਪਿੰਡ ਵਾਲੇ ਪੱਖੋਂ ਸਾਡੇ ਪਰਿਵਾਰ ਨੂੰ ਪਿੰਡ ਛੱਡ ਕੇ ਨੌਕਰੀਆਂ ਕਰਨੀਆਂ ਪੈ ਗਈਆਂ ਸੀ। ਪਾਪਾ ਜੀ ਵੀ ਪਹਿਲਾਂ ਮਿਲਟਰੀ 'ਚ ਹੁੰਦੇ ਸੀਗੇ, ਮੈਡੀਕਲ ਡਿਪਾਰਟਮੈਂਟ 'ਚ, ਇਸੇ ਕਰਕੇ ਬਾਅਦ 'ਚ ਰਿਟਾਇਰਮੈਂਟ ਤੋਂ ਬਾਅਦ ਸਾਰੀ ਉਮਰ ਉਹਨਾਂ ਨੇ ਡਾਕਟਰ ਪਿੰਡ ਵਾਲਿਆਂ ਨੂੰ ਇੱਥੇ ਸੋਰੀ ਸ਼ਿਵਦੇਵ ਸਿੰਘ ਕਹਿਣਾ ਨਹੀਂ ਸੀ ਆਉਂਦਾ ਸਰਦਾਰਾਂ ਵਾਲਿਆਂ ਨੂੰ, ਉਹ ਸੁਖਦੇਵ ਡਾਕਟਰ ਕਹਿੰਦੇ ਹੁੰਦੇ ਸੀਗੇ। ਠੀਕ ਹੈ। ਸੁਖਦੇਵ ਡਾਕਟਰ ਤੋ ਉਹ ਆਰ ਐੱਮ ਪੀ ਰਹੇ ਸਾਰੀ ਉਮਰ, ਅਤੇ ਪਿੰਡ ਪਲਾ ਸੌਰ ਪਿੰਡ ਹੈ ਧੂਰੀ ਦੇ ਉੱਧਰਲੇ ਪਾਸੇ ਨੇੜੇ ਹੀ ਹੈ, ਅਤੇ ਉੱਥੋਂ ਬੇਸਿਕਲੀ ਉੱਥੋਂ ਤੋਂ ਹਾਂ। ਅਤੇ ਖਾਨਦਾਨ ਸਾਡਾ ਸਰਦਾਰਾਂ ਦਾ, ਮੇਰੇ ਜਿਹੜੇ ਲੱਕੜ ਦਾਦਾ ਸੀ ਉਹ ਨਾਭਾ ਰਿਆਸਤ ਦੇ ਮਹਾਰਾਜਾ ਮਹਾਰਾਜਾ ਹੀਰਾ ਸਿੰਘ ਦੇ, ਉਹਨਾਂ ਦੇ ਸ਼ਾਹੀ ਵੈਦ ਹੁੰਦੇ ਸੀ। ਅੱਗੇ ਉਹਨਾਂ ਦੇ ਬੇਟੇ ਹਰਦਿਆਲ ਸਿੰਘ ਸੋਹੀ ਮੇਰੇ ਪੜਦਾਦਾ, ਉਹ ਆਈ ਜੀ ਪੁਲਿਸ ਨਾਭਾ ਰਿਆਸਤ ਦੇ। ਠੀਕ ਹੈ। ਅਤੇ ਉਹ ਬਸ ਉਹ ਆਈ ਜੀ ਪੁਲਿਸ ਨਾਭਾ ਰਿਆਸਤ ਦੇ, ਉਹਨਾਂ ਦੇ ਦੋ ਵਿਆਹ ਹੋਏ, ਵਿਆਹਾਂ ਤੋਂ ਬਾਅਦ ਔਲਾਦਾਂ ਦੇ ਝੇੜਿਆਂ ਦੇ ਵਿੱਚ ਬਹੁਤ ਕੰਮ ਖਰਾਬ ਹੋਇਆ, ਮੈਂ ਇੱਥੇ ਦੱਸਣਾ ਨਹੀਂ ਚਾਹੁੰਦਾ। ਅਤੇ ਫਿਰ ਸਾਡੇ ਪਰਿਵਾਰ ਨੂੰ ਮੇਰੇ ਦਾਦਾ ਜੀ ਨੂੰ ਛੱਡਣਾ ਪੈ ਗਿਆ ਸੀ ਪਿੰਡ, ਅਤੇ ਮੈਂ ਇੱਥੇ ਮਾਤਾ ਜੀ ਕੋਲ ਪੜ੍ਹਿਆ। ਮੰਮੀ ਮੇਰੀ 4-5 ਮਹੀਨੇ ਦੀ ਸੀ ਜੀ, ਦੱਸਿਆ ਉਹਨਾਂ ਨੇ ਜਦੋਂ ਉਹਨਾਂ ਦੀ ਮਾਤਾ ਗੁਜ਼ਰ ਗਈ। ਬੀਬੀ ਮੇਰੀ ਇਸ ਤਰ੍ਹਾਂ ਪਲੀ ਸੀ ਲਾਡਾਂ ਚਾਵਾਂ ਨਾਲ, ਨਾਨਾ ਜੀ ਕਹਿੰਦੇ ਵੀ ਮੈਂ ਦੂਜਾ ਵਿਆਹ ਨਹੀਂ ਕਰਾਉਣਾ, ਨਾਨਾ ਜੀ ਨੇ ਪਾਲੀ ਬੀਬੀ। ਠੀਕ ਹੈ। ਇਕੱਲਿਆਂ ਨੇ, ਇੱਕ ਉਹਨਾਂ ਦੇ ਬ੍ਰਦਰ ਹੁੰਦੇ ਸੀ ਪਾਲਾ ਸਿੰਘ, ਉਹ ਜਿਹੜੇ ਦੂਜੇ ਮਾਮੇ ਸੀ ਮੇਰੇ, ਉਹਨਾਂ ਦੇ ਫਾਦਰ, ਉਹਨਾਂ ਨਾਲ ਸਾਡਾ ਬਹੁਤ ਸਨੇਹ ਰਿਹਾ, ਬਹੁਤ ਪਿਆਰ ਰਿਹਾ ਮਾਮੇ ਉਹਨਾਂ ਨਾਲ। ਅਤੇ ਬਸ ਉਹ ਇੱਦਾਂ ਹੀ, ਉਹਨਾਂ 'ਚੋਂ ਇੱਕ ਮਾਮਾ ਥੋੜ੍ਹਾ ਕਾਮਰੇਡ ਟਾਈਪ ਸੀਗਾ। ਉਦੋਂ ਕਮਿਊਨਿਸਟ ਲਹਿਰ ਬਹੁਤ ਜ਼ੋਰਾਂ 'ਤੇ ਸੀ ਜਦੋਂ ਮੈਂ ਛੋਟਾ ਸੀਗਾ, ਮੈਂ 8-10 ਸਾਲ ਦਾ ਸੀ, ਮੁਸ਼ਕਿਲ ਨਾਲ ਕਾਫੀ ਦੇਰ ਤੱਕ ਸਾਡਾ ਇਲਾਕਾ ਕਾਮਰੇਡਾਂ ਦਾ ਇਲਾਕਾ ਰਿਹਾ। ਤੁਹਾਡਾ ਆਪਣੇ ਮਾਪਿਆਂ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰਿਹਾ? ਮੈਨੂੰ ਦੋਵੇਂ ਬਹੁਤ ਪਿਆਰ ਕਰਦੇ ਸੀ, ਮਾਂ ਤਾਂ ਬਹੁਤ ਪਿਆਰ ਕਰਦੀ ਸੀ ਪਰ ਨਾਲ ਨਾਲ ਸਖਤ ਵੀ ਬਹੁਤ ਸੀ। ਸਖਤ ਇਸ ਕਰਕੇ ਸੀ ਕਿ ਪਾਪਾ ਬਾਅਦ ਸਰਵਿਸ ਕਰਦੇ ਸੀ, ਉਹਦਾ ਵੀ ਰੀਜ਼ਨ ਹੁੰਦਾ, ਵੱਡੇ ਹੋ ਕੇ ਸਮਝ ਆਈ ਕਿ ਘੂਰ ਦੀ ਕਿਉਂ ਸੀ ਵੀ ਬੱਚੇ ਪੜ੍ਹਾਉਣੇ ਆ ਤਾਂ ਇਹ ਪਿਆਰ ਨਾਲ ਤਾਂ ਲਾੜ ਨਾਲ ਤਾਂ ਪੜ੍ਹਦੇ ਨਹੀਂ, ਜੇ ਕਦੇ ਬੈਠੇ ਬੈਠੇ ਹੁੰਦਾ ਵੀ ਨਾਲ ਦੇ ਆਪਦੇ ਆੜੀਆਂ ਨਾਲ ਖੇਡਾਂਗੇ, ਚੁੱਪ ਕਰਕੇ ਖਿਸਕ ਰਹੇ ਹਾਂ। ਅਤੇ ਗਲੀ ਦੇ ਮੋੜ 'ਤੇ ਬੀਬੀ ਦੀ ਪੈ ਗਈ ਨਿਗਾਹ, ਆਵਾਜ਼ ਮਾਰਨੀ ਮੁੰਡਿਆ, ਉੱਥੇ ਹੀ ਪੈਰਾਂ ਨੂੰ ਮਤਲਬ ਜਿਵੇਂ ਕਿੱਲ ਕੱਢਦੇ ਹੁੰਦੇ ਉੱਥੇ ਹੀ ਖੜ੍ਹ ਜਾਣਾ, ਮੁੜ ਕੇ ਮੁੜਿਆ ਆਉਣਾ। ਪਤਾ ਸੀ ਵੀ ਜੇ ਨਹੀਂ ਮੁੜਿਆ
ਵਾਪਸ ਆਏ ਤੇ ਜਿਹੜੀ ਹੁਣ ਚੋਂ ਦੋ ਥਪੇੜੇ ਪੈਣੇ ਆ ਉਹ ਤਾਂ 10 ਪੈਣਗੇ। ਹਾਂ ਪਾਪਾ ਮੇਰੇ ਐਡੇ ਗ੍ਰੇਟ, ਉਹਨਾਂ ਨੂੰ ਜਦੋਂ ਮੈਂ ਵਾਲ ਵੂਲ ਕਟਾਏ ਗੁੱਸੇ ਵੀ ਹੋਏ, ਫਿਰ ਜਦੋਂ ਪੁੱਛਿਆ ਵੀ ਕਿਉਂ ਕਿਉਂ ਕਟਾਏ ਰਹੇ, ਮੈਂ ਕਿਹਾ ਜੀ ਮੈਂ ਐਕਟਰ ਬਣਨਾ। ਅੱਛਾ ਅੱਛਾ ਚੱਲ ਠੀਕ, ਕੋਈ ਗੱਲ ਨਹੀਂ, ਰੀਜ਼ਨ ਤਾਂ ਹੈ ਨਾ ਕਿਉਂ ਕਟਾਇਆ। ਐਵੇਂ ਤਾਂ ਨਹੀਂ ਵੀ ਫਿਲਮਾਂ ਜਾਂ ਦੇਖ ਕੇ ਪਟਾ ਪਟੇ ਕੰਘੀ ਮਾਰਨ ਨੂੰ ਦਿਲ ਕਰਿਆ ਹੋਵੇ। ਫਿਰ ਮੇਰੀ ਬਹੁਤ ਵੱਡੀ ਗਲਤੀ ਸੀ, ਮੈਂ ਐਕਟਰ ਬਣਨ ਦੇ ਚੱਕਰ 'ਚ ਬਿਨਾਂ ਘਰ ਦੱਸੇ, ਇੱਕ ਮੁੰਡਾ ਹੋਰ ਸੀ ਇੱਧਰ ਦਾ ਧੂਰੀ ਦੇ ਨੇੜੇ ਦੀ ਪਿੰਡ ਲੱਡਾ ਕੋਠੀ ਦਾ, ਸਾਨੂੰ ਦੋਵਾਂ ਨੂੰ ਐਕਟਿੰਗ ਦਾ ਕੀੜਾ ਜਾਗ ਪਿਆ। ਅਸੀਂ ਕਿਹਾ ਵੀ ਜੀ ਬੰਬੇ ਚਲੀਏ। ਜਿਹੜੀ ਫੀਸ ਦੇ ਪੈਸੇ ਮੈਨੂੰ ਦਿੱਤੇ ਸੀ, ਇੱਕ ਮਹੀਨਾ ਪਹਿਲਾਂ ਰੋਕ ਲਏ, ਇੱਕ ਮਹੀਨਾ ਹੋਰ ਹੋ ਗਏ, ਦੋ ਮਹੀਨੇ ਦੀ ਫੀਸ ਇਕੱਠੀ ਹੋ ਗਈ। ਕੁਛ ਪੈਸੇ ਮੇਰੇ ਕੋਲ ਹੈਗੇ ਸੀਗੇ ਅਤੇ ਉਹਦੇ ਕੋਲ ਸੀ, ਦੋਨੇ ਜਣਾ ਤੁਰ ਪਏ ਬੰਬੇ ਤੋਂ। ਮੈਂ ਕਹਿੰਦਾ ਬਈ ਐਡੀ ਵੱਡੀ ਬੇਵਕੂਫੀ, ਕਿੰਨੇ ਕੁ ਪੈਸੇ ਤੁਹਾਡੇ ਕੋਲ? ਲੱਖਾਂ ਰੁਪਏ ਤਾਂ ਹੈ ਨਹੀਂ ਸੀ, ਆਖਿਰ ਉਹਨੂੰ ਮੁੜਨਾ ਹੀ ਸੀ। ਉਹ ਬਹੁਤ ਭੜੇ ਹਾਲਾਤ ਉੱਥੋਂ, ਮੈਂ ਫਿਰ ਇੱਕ ਥਾਂ 'ਤੇ ਜਾ ਕੇ ਫਾਈਨਲੀ ਮਤਲਬ ਮੰਨ ਗਿਆ ਮੈਂ ਆਪਦਾ, ਦਿਲ ਨੇ ਕਹਿਤਾ ਵੀ ਗਲਤੀ ਕਰ ਗਈ। ਹੁਣ ਉਦੋਂ ਫੋਨ ਤਾਂ ਹੁੰਦੇ ਨਹੀਂ ਸੀ, ਚਿੱਠੀ ਲਿਖੀ ਮੈਂ ਪਾਪਾ ਨੂੰ, ਰੋਣ ਵਾਲੀ ਭਿੱਜ ਗਈ ਹੁਣ ਇਹ ਚਿੱਠੀ ਤਾਂ ਮੈਂ ਲਿਖੀ। ਪਾਪਾ ਪਹੁੰਚ ਗਏ ਉੱਥੋਂ, ਮੈਨੂੰ ਲੈ ਆਏ। ਮੇਰੀ ਮਾਂ ਨੇ ਮੁੱਕੀਆਂ ਮਾਰ ਮਾਰ ਛਾਤੀ ਕੁੱਟ ਕੁੱਟ ਆਪਦੀ, ਮਤਲਬ ਖਰਾਬ ਹੋ ਗਿਆ ਕੰਮਾਂ ਦਾ। ਹਾਂ ਵੀ ਮੇਰਾ ਪੁੱਤ ਤਾਂ ਮਰ ਗਿਆ। ਪਾਪਾ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਨਾਲ ਲਾਇਆ, ਚੱਲ ਬੇਟਾ ਹੋ ਗਈ ਜਿਹੜੀ ਹੋ ਗਈ, ਚੱਲ ਪਿੰਡ ਹੈ। ਬੀਬੀ ਦਾ ਰੋ ਰੋ ਬੁਰਾ ਹਾਲ ਮੈਨੂੰ ਦੱਸਿਆ ਐਂਡ, ਜਦੋਂ ਤੋਂ ਪਹਿਲਾਂ ਮੈਨੂੰ ਕਈ ਵਾਰੀ ਕਹਿ ਚੁੱਕੀ ਸੀ, ਪੁੱਤ ਮੈਨੂੰ ਲੱਗਦਾ ਮੈਂ ਨਾ ਤੇਰੇ ਜਿਹੜਾ ਉਹ ਜਦੋਂ ਤੂੰ ਗਿਆ ਸੀ ਉਹ ਮੈਂ ਆਪ ਮੁੱਕੀਆਂ ਮਾਰ ਲਿਆ ਉਹਦੀ ਛਾਤੀ, ਬਹੁਤ ਜ਼ੋਰ ਦੀ ਕੁੱਟੀ ਛਾਤੀ, ਮੈਂ ਉਹਦੇ ਨਾਲ ਹੀ ਮਰੂੰਗੀ ਮੈਂ, ਉਵੇਂ ਹੀ ਹੋਇਆ ਬਸ। ਉਹ ਖਾਸਾ ਸਾਲ ਜਿਉਂਦੀ ਰਹੀ, ਪਰ ਉਹ ਸਾਹ ਔਖਾ ਆਉਣਾ ਨਾ ਆਉਣਾ, ਬੀਬੀ ਦੀ ਡੈਥ ਇੱਦਾਂ ਹੀ ਹੋਈ ਸੀ ਉਹ ਉਹਦੇ ਕਰਕੇ। ਨਹੀਂ ਫਿਰ ਤੁਸੀਂ ਥੀਏਟਰ ਜੁਆਇਨ ਕਿਵੇਂ ਕੀਤਾ, ਮਤਲਬ ਫਾਰਮਲੀ? ਥੀਏਟਰ ਤਾਂ ਮੈਂ ਬਹੁਤ ਧੱਕੇ ਖਾ ਕੇ ਜੁਆਇਨ ਕੀਤਾ, ਮੈਂ ਕੋਸ਼ਿਸ਼ ਬਹੁਤ ਕੀਤੀ ਕਿ ਇੱਕ ਵਾਰੀ ਫਿਰ ਮੈਂ ਪ੍ਰੋਪਰ ਗਿਆ ਦੱਸ ਕੇ ਘਰਦਿਆਂ ਨੂੰ। ਮੇਰਾ ਮਾਮਾ ਜਿਹੜਾ ਉਹਦੀ ਧਰਮਜੀਤ ਦੇ ਸਾਲੇ ਨਾਲ, ਧਰਮਿੰਦਰ ਸਾਹਿਬ ਉਹਨਾਂ ਦੇ ਸਾਲੇ ਨਾਲ ਦੋਸਤੀ ਸੀਗੀ, ਉਹ ਵੀ ਘਰੋਂ ਠੀਕ ਠਾਕ ਸੀ, ਸਹੁਰੇ ਕੋਈ ਐਡੇ ਤਕੜੇ ਨਹੀਂ ਸੀ, ਪਰ ਉਹ ਨਿੱਕਾ ਸਿੰਘ ਨਾਂ ਹੁੰਦਾ ਸੀ, ਉਹਦੇ ਨਾਲ ਚੰਗੀ ਬਣਦੀ ਹੁੰਦੀ ਸੀ। ਅਤੇ ਨਿੱਕਾ ਸਿੰਘ ਦਾ ਬੇਟਾ ਮੇਰੇ ਨਾਲ ਗਿਆ ਸੀਗਾ, ਉਹ ਬੜਾ ਸੋਹਣਾ ਮੁੰਡਾ ਸੀ। ਅਸੀਂ ਗਏ ਰਾਤ ਨੂੰ 11 ਵਜੇ ਧਰਮਜੀ ਦੇ ਘਰ ਪਹੁੰਚ ਕੇ, ਅਸੀਂ ਇੱਥੋਂ ਫਰੰਟੀਅਰ ਜਾਂਦੀ ਹੁੰਦੀ ਸੀ ਅੰਮ੍ਰਿਤਸਰ ਤੋਂ ਫਰੰਟੀਅਰ 'ਚ, ਉੱਥੇ 1.5-2 ਮਹੀਨੇ ਉੱਥੇ ਘੁੰਮ ਫਿਰ ਕੇ, ਧਰਮਜੀ ਦੇ ਛੋਟੇ ਭਰਾ ਅਜੀਤ ਦਿਓਲ ਸਾਹਿਬ ਉਹਨਾਂ ਨਾਲ ਚੰਗੀ ਬਣਨ ਲੱਗੀ, ਕਿਉਂਕਿ ਉਹ ਵਿਹਲੇ ਹੁੰਦੇ ਸੀਗੇ। ਧਰਮਜੀ ਤਾਂ ਬਹੁਤ ਬਿਜ਼ੀ ਹੁੰਦੇ ਸੀ, ਉਹ ਤਾਂ ਕਦੇ ਸਾਡੇ ਮਤਲਬ ਕਦੇ ਸਵੇਰੇ ਨਿਕਲਦੇ ਦੇਖ ਲਏ ਜਾਂ ਰਾਤ ਨੂੰ ਆ ਗਏ ਉਦੋਂ ਦੇਖ ਲਏ, ਥੋੜ੍ਹਾ ਕਦੇ ਗੱਲਬਾਤ ਖਾਸ ਨਹੀਂ ਸੀ ਹੁੰਦੀ ਉਹਨਾਂ ਨਾਲ, ਹਿੰਮਤ ਹੀ ਨਹੀਂ ਸੀ ਪੈਂਦੀ। ਇਹਨਾਂ ਨਾਲ ਘੁੰਮਿਆ ਨਾ ਥੋੜ੍ਹਾ ਬਹੁਤ ਅਜੀਤ ਭਾਅ ਜੀ ਨਾਲ, ਮੈਂ ਸ਼੍ਰੀ ਸਾਊਂਡ ਸਟੂਡੀਓ ਗਿਆ, ਪੁਰਾਣੇ ਐਕਟਰ ਤਾਸ਼ਾਂ ਤੂਛਾਂ ਬੈਠੇ ਖੇਡਦੇ ਆ, ਉਹਨਾਂ ਨਾਲ ਮਿਲਿਆ ਅਗਲਿਆ, ਦੇਖੇ ਵੀ ਆਹ ਮਾਹੌਲ ਹੈ ਸਾਰਾ ਜਾਣੂ ਹੋਇਆ। ਅਤੇ ਗੇਟ ਗੋਰਖੇ ਬੈਠੇ ਹੁੰਦੇ ਸੀ ਹਰੇਕ ਸਟੂਡੀਓ ਦੇ ਮੂਹਰੇ, ਇੱਕ ਵੱਡੇ ਵੱਡੇ ਗੇਟ ਲੱਗੇ ਹੁੰਦੇ, ਇੱਕ ਜਿਵੇਂ ਜਿਹੜੇ ਦੇ ਦਰਵਾਜ਼ੇ ਹੁੰਦੇ ਨਾ ਖੁੱਲ੍ਹਦੇ, ਅਣਜਾਣ ਬੰਦੇ ਹੁੰਦੇ ਦੇਖ ਕੇ, ਜੇ ਜਾਣ ਪਛਾਣ ਵਾਲਾ ਤਾਂ ਖੋਲ੍ਹਦੇ ਨਹੀਂ, ਖੋਲ੍ਹਦੇ ਨਹੀਂ ਸੀ। ਫਿਰ ਗੱਲ ਪੱਲੇ ਪਈ ਵੀ ਤੂੰ ਕਿਹੜੇ ਭੁਲੇਖੇ 'ਚ ਬੰਬੇ ਤੁਰਿਆ ਫਿਰਦਾ, ਕੀ ਤੂੰ ਜਿਵੇਂ ਇਹ ਪਰਫੋਰਮ ਕਰਦੇ ਨੇ, ਮੈਂ ਸ਼ੂਟਿੰਗ ਦੇਖੀ ਧਰਮਜੀਤ ਦੀ ਪੰਜਾਬੀ ਫਿਲਮ ਦੀ, ਤਾਂ ਉਹ ਦੇਖ ਕੇ ਫਿਰ ਫੈਸਲਾ ਕਰ ਲਿਆ, ਨਹੀਂ ਤੂੰ ਤਾਂ ਕੱਚਾ ਘੜਾ ਹੈ, ਤੂੰ ਇੱਕ ਛਟੀ ਨਾਲ ਖੜਕਾਉਣਾ ਜਾਂ ਭਾਂਡਾ, ਉਹ ਤਾਂ ਉਹ ਤਾਂ ਇੱਦਾਂ ਮਾਰਿਆ ਟੁੱਟ ਜਾਏਗਾ, ਚੱਲ ਵਾਪਸ ਚੱਲੀਏ ਕੁਛ ਸਿੱਖ ਕੇ ਆਵਾਂਗੇ। ਫਿਰ ਆ ਕੇ ਹਰਪਾਲ ਟਵਾਣਾ ਸਾਹਿਬ ਦਾ ਥੀਏਟਰ ਜੁਆਇਨ ਕੀਤਾ। ਫਿਰ ਥੀਏਟਰ ਤੋਂ ਬਾਅਦ ਤੁਸੀਂ ਲੌਂਗ ਦਾ ਲਿਸ਼ਕਾਰਾ ਪਹਿਲੀ ਫਿਲਮ ਸੀ ਤੁਹਾਡੀ 1983? ਉਹ ਤਾਂ ਫਿਰ ਤਾਂ ਮੈਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਪਈ, ਕਿਉਂਕਿ ਜੇ ਜਿਹੜਾ ਫਿਲਮ ਮੀਡੀਆ ਇਹ ਹੈ ਕਿ ਫਿਲਮਾਂ ਕਿਵੇਂ ਬਣਦੀਆਂ ਨੇ, ਕਿ ਸਾਰੇ ਮਹਾਰਥੀ ਜਗਜੀਤ ਸਿੰਘ ਭਾਅ ਜੀ
ਉਹਨਾਂ ਨੇ ਸਾਡੀ ਫਿਲਮ ਦਾ ਮਿਊਜ਼ਿਕ ਦਿੱਤਾ, ਉਹਨਾਂ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ ਟਿਵਾਣਾ ਸਾਹਿਬ ਕਰਕੇ, ਮਨਮੋਹਨ ਸਿੰਘ ਫੋਟੋਗ੍ਰਾਫਰ ਇਹ ਮਨਜੀ ਨਾਲ ਇਹਨਾਂ ਨਾਲ ਬਹੁਤ ਵਧੀਆ ਹੋ ਗਏ, ਇਹਨਾਂ ਨੇ ਉੱਥੇ ਮੇਰੇ ਬਹੁਤ ਹੈਲਪਫੁਲ ਰਹੇ ਮੇਰੇ ਵਾਸਤੇ, ਰਵਿੰਦਰ ਪੀਪਟ ਨਾਲ ਮੇਰੇ ਮੈਨੂੰ ਜਦੋਂ ਕਹਿਤਾ ਵੀ ਕਹਿੰਦੇ ਜੀ ਸਪੋਟ ਚੇਂਜਸ ਹੁੰਦੀਆਂ ਨੇ ਕੁਛ, ਪੀਪਟ ਸਾਹਿਬ ਕਹਿੰਦੇ ਟਵਾਣਾ ਸਾਹਿਬ ਨੂੰ ਕਿ ਉਹ ਤਾਂ ਕੋਈ ਬੰਦਾ ਉਹ ਕਹਿੰਦੇ ਸੋ ਹੀ ਕਰੂਗਾ ਚੇਂਜ, ਉਹ ਫਿਰ ਕੋਨਫੀਡੈਂਸ ਲੈਵਲ ਥੀਏਟਰ ਇੰਨਾ ਕਰ ਲਿਆ ਸੀ, ਕੋਈ ਕੋਈ ਖੌਫ ਹੀ ਨਹੀਂ ਸੀ ਮਨ 'ਚ ਕਿਸੇ ਦਾ। ਮੈਂ 3 ਫਿਲਮ ਹੋਰ ਇੱਦਾਂ ਹੀ ਉਹ ਕਿਸੇ 'ਚ 3 ਸੀਨ, 4 ਸੀਨ, 5 ਸੀਨ, 2 ਸੀਨ, 3 ਸੀਨ ਇੱਦਾਂ ਜੇ ਕਰਕੇ ਕੀਤੀਆਂ। ਫਿਰ ਸੀਰੀਅਲ ਸੂਰੀਅਲ ਕਾਫੀ ਕਰ ਲਏ ਮੈਂ, ਗੁਲਜ਼ਾਰ ਸਾਹਿਬ ਨਾਲ ਵੀ ਮੈਂ ਮਿਰਜ਼ਾ ਗਾਲਿਬ ਕੀਤਾ, ਅਤੇ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਦੇ ਵਿੱਚੋਂ ਐਪੀਸੋਡ 3-4 ਕੀਤੇ ਉਹਨਾਂ ਨਾਲ, ਮੈਂ ਉਹਨਾਂ ਨਾਲ ਵਧੀਆ ਬਹੁਤ ਸੋਹਣੀ ਟਿਊਨਿੰਗ ਹੋ ਗਈ ਸੀ। ਅਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ 12 ਸਾਲ ਥੀਏਟਰ ਵੀ ਕੀਤਾ, ਫਿਰ ਫਿਲਮਾਂ ਕੀਤੀਆਂ, ਅਤੇ ਕਦੋਂ ਤੁਹਾਨੂੰ ਇਹ ਲੱਗਣ ਲੱਗਿਆ ਵੀ ਜਿਹੜੇ ਕਰਕੇ ਤੁਸੀਂ ਪਹਿਲੀ ਵਾਰੀ ਬੰਬੇ ਗਏ ਸੀ ਬਿਨਾਂ ਦੱਸਿਆਂ ਵੀ ਐਕਟਰ ਬਣਨਾ, ਹੈ ਨਾ, ਜਿਹੜੀ ਉਹ ਚਿਣਗ ਸੀਗੀ ਵੀ ਉਹ ਹੁਣ ਪੂਰੀ ਹੋ ਗਈ, ਕਦੋਂ ਤੁਹਾਨੂੰ ਲੱਗਿਆ, ਕਦੋਂ ਉਹਦਾ ਮੁੱਲ ਮਿਲਣ ਲੱਗਿਆ ਐਕਟਿੰਗ ਦਾ, ਕਦੋਂ ਚੰਗੇ ਪੈਸੇ ਮਿਲਣ ਲੱਗੇ, ਕਦੋਂ? ਦੇਖੋ ਮੁੱਲ ਤਾਂ ਮੈਨੂੰ ਉਦੋਂ ਹੀ ਮਿਲ ਗਿਆ ਜਦੋਂ ਲੌਂਗ ਦਾ ਲਿਸ਼ਕਾਰਾ ਲੱਗੀ ਨਾ, ਪ੍ਰੀਤ ਪੈਲਸ ਲੁਧਿਆਣੇ ਜੀ, ਉੱਥੇ ਮੇਰੇ ਪਾਪਾ ਅਤੇ ਉਹੀ ਦਲੀਪ ਸਿੰਘ ਮਸਤ ਕਾਮਰੇਡ ਜੀ, ਉਹਨੂੰ ਸਪੈਸ਼ਲੀ ਕਿਹਾ ਸੀ ਪਾਪਾ ਨੂੰ ਲੈ ਕੇ ਆਇਓ, ਉਹ ਫਿਲਮ ਦੇਖ ਕੇ ਪਾਪਾ ਰੋਂਦੇ ਰੋਂਦੇ ਮੈਨੂੰ ਜੱਫੀ ਪਾਈ ਉੱਠ ਬਾਹਰ ਆ ਕੇ, ਕਹਿੰਦੇ ਅੱਜ ਤੇਰੀ ਬੀਬੀ 'ਚ ਆਉਂਦੀ ਹੁੰਦੀ ਹੈ ਨਾ, ਉਦੋਂ ਲੱਗਿਆ ਕਿ ਹਾਂ ਵੀ ਮੇਰੀ ਜਿਹੜੀ ਇੰਨੇ ਸਾਲਾਂ ਦੀ ਮਿਹਨਤ ਹੈ ਉਹ ਰਾਸ ਆ ਗਈ। ਘੱਟੋ ਘੱਟ ਮੇਰੇ ਪੇਰੈਂਟਸ ਨੂੰ, ਮੇਰੇ ਪਾਪਾ ਨੂੰ ਇਹ ਤਾਂ ਹੋ ਗਿਆ ਕਿ ਮੇਰਾ ਬੇਟਾ ਸਹੀ ਰਾਹ 'ਤੇ ਚੱਲਿਆ, ਔਰ ਜੋ ਸਕਰੀਨ 'ਤੇ ਆਉਣ ਦਾ ਸੁਪਨਾ ਮੇਰੇ ਪੁੱਤ ਦਾ ਉਹ ਤਾਂ ਪੂਰਾ ਹੋ ਗਿਆ। ਕੋਈ ਖੁਆਇਸ਼ ਹਲੇ ਵੀ ਬਾਕੀ ਹੈਗੀ ਹੈ ਵੀ ਐਕਟਿੰਗ ਦੇ ਵਿੱਚ? ਐਕਟਿੰਗ ਤਾਂ ਬਹੁਤ ਕੁਛ ਬਾਕੀ ਪਿਆ, ਬਾਬਿਆਂ ਨੇ ਇੰਨਾ ਕੁਛ ਲਿਖਿਆ ਪਿਆ ਨਾ, ਪੁਰਾਣੇ ਸਾਹਿਤ ਭਰਿਆ ਪਿਆ ਆਪਣਾ ਕਰੈਕਟਰਾਂ ਦਾ, ਪਾਤਰਾਂ ਦਾ, ਉਹ ਤਾਂ ਤੁਰੇ ਹੋਰ ਪਾਸੇ ਨੂੰ ਪਏ ਸੱਚੀ। ਆ ਕੋਮੇਡੀ ਤੋਂ ਮੈਂ ਤਾਂ ਹੁਣ ਮਜਬੂਰੀ 'ਚ ਕਰਨੀ ਪੈਂਦੀ, ਵਿਹਲੇ ਵਿਹਲੇ ਬੈਠੇ ਕੀ ਕਰਾਂਗੇ, ਸਾਲ 'ਚ 1-2 ਫਿਲਮਾਂ ਆ ਜਾਂਦੀਆਂ ਨੇ ਚੱਲਦੇ ਚੱਲਦੇ, ਘਰ ਬਹਿ ਜਾਵਾਂਗੇ ਫਿਰ ਤਾਂ ਪੱਕੇ ਘਰ ਬੈਠਾਂਗੇ, ਫਿਰ ਕਿਸੇ ਨੇ ਪੁੱਛਣਾ ਵੀ ਨਹੀਂ, ਉਹੀ ਬੰਦੇ ਵਧੀਆ ਕੰਮ ਵੀ ਕਰ ਜਾਂਦੇ ਨੇ। ਪਰ ਜ਼ਿਆਦਾਤਰ ਮਤਲਬ ਇਹ ਹੁੰਦਾ ਉੱਥੇ ਬਾਲੀਵੁੱਡ 'ਚ ਵੀ ਇਹੀ ਹੁੰਦਾ ਰਿਹਾ, ਤੁਸੀਂ ਲਾਈਨ ਨਹੀਂ ਕੱਢ ਸਕਦੇ ਖਿੱਚ, ਨਹੀਂ ਮੈਂ ਨਹੀਂ ਕਰਨੀ ਕੋਮੇਡੀ, ਆਹ ਕੋਮੇਡੀ ਕਰਦੇ ਕਰਦੇ ਗੋਡੇ ਗੋਡੇ ਚਾਹ ਬਣ ਗਈ, ਉਹ ਮਾਸਟਰ ਪੀਸ ਹੈ ਕੋਮੇਡੀ ਦਾ। ਕੋਮੇਡੀ ਕਰਦੇ ਕਰਦੇ ਪਹਿਲੀ ਅਰਦਾਸ, ਸੀਰੀਅਸ ਵੀ ਸੀ, ਮੇਰੇ ਕਰੈਕਟਰ 'ਤੇ ਲੋਕ ਹੱਸਦੇ ਵੀ ਸੀ ਰੋਂਦੇ ਵੀ ਸੀ, ਮੇਰੇ ਯਾਦ ਆ।